ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਮਾਮ ਕੁਕਿੰਗ ਚੈਨਲ ਵੱਲੋਂ ਅਤੇ ਅੱਜ ਆਪਾਂ ਲੈ ਕੇ ਆਏ ਹਾਂ ਰੈਸਪੀ ਬਿਰਿਆਨੀ ਚਿਕਨ। ਇਹ ਬਹੁਤ ਪੁਰਾਣੀ ਸਾਡੀ ਰੈਸਪੀ ਹੈ, ਮੇਰੇ ਬੱਚਿਆਂ ਦੀ ਫੇਵਰੇਟ ਹੈ ਅਤੇ ਤੁਹਾਨੂੰ ਦੱਸਾਂਗੇ ਅਸੀਂ ਵੀ ਅੱਜ ਅਸੀਂ ਬਿਰਿਆਨੀ ਬਣਾਈ, ਅਸੀਂ ਕਿੱਦਾਂ ਬਣਾਈ ਹੈ ਅਤੇ ਕੀ ਅਸੀਂ ਯੂਜ਼ ਕੀਤਾ ਹੈ। ਹਾਂ ਚਲੋ ਹੁਣ ਨਾ ਆਪਾਂ ਮਸਾਲੇ ਪਾਉਂਦੇ ਹਾਂ ਵੀ ਇਹ ਕਿਹੜੇ ਮਸਾਲੇ ਆਪਾਂ ਅੱਜ ਯੂਜ਼ ਕਰਨੇ ਨੇ ਚਿਕਨ ਬਿਰਿਆਨੀ ਵਾਸਤੇ। ਇਹ ਹੁਣ ਆਪਾਂ ਅੱਧਾ ਟੇਬਲ ਸਪੂਨ ਗਰਮ ਮਸਾਲਾ ਪਾਉਣ ਲੱਗੇ ਹਾਂ, ਅੱਧਾ ਟੇਬਲ ਸਪੂਨ ਧਨੀਆ ਪਾਊਡਰ, ਹਾਫ ਟੇਬਲ ਸਪੂਨ ਤੋਂ ਥੋੜ੍ਹਾ ਜਿਹਾ ਨਮਕ ਉੱਪਰ ਹੈ, ਅੱਧਾ ਟੇਬਲ ਸਪੂਨ ਕਸ਼ਮੀਰੀ ਮਿਰਚ, ਅੱਧਾ ਟੇਬਲ ਸਪੂਨ ਹੈਗੀ ਹੈ ਹਲਦੀ। ਹੁਣ ਆਪਾਂ ਨਾ 2.5 ਕੱਪ ਚਾਵਲ ਲੱਗੇ ਹਾਂ ਪਾਉਣ, ਆਪਾਂ ਨੂੰ ਇਸ ਰੈਸਪੀ ਵਾਸਤੇ ਚਾਹੀਦਾ ਹੈ ਬ੍ਰੈਸਟ ਚਿਕਨ ਹੈਗਾ 2 ਪਿੰਡ, ਇਹ ਹੈ ਨੇ ਲਸਣ ਦੀਆਂ ਕਲੀਆਂ ਸਾਡੇ ਕੋਲ ਨਾ ਇਹ ਫਰੋਜ਼ਨ ਸੀ, ਇਹ ਹੈਗਾ ਅਦਰਕ, ਇਹ ਹੋਏਗੀ 1 ਟੇਬਲ ਸਪੂਨ, 1.5 ਟੇਬਲ ਸਪੂਨ ਹੈ, ਇਹ 2 ਟਮਾਟਰ ਨੇ ਮੀਡੀਅਮ ਸਾਈਜ਼ ਦੇ, ਇਹ ਪਿਆਜ਼ ਨੇ 2 ਅਤੇ ਇਹ ਪਿਆਜ਼ ਹੈਗਾ ਮੀਡੀਅਮ ਸਾਈਜ਼ ਦਾ, ਇਹ ਨਾ 3 ਮਿਰਚਾਂ ਨੇ ਅਤੇ ਅਸੀਂ ਅੱਜ ਥੋੜ੍ਹੀ ਜਿਹੀ ਨਾ ਸਪਾਈਸੀ ਰੈਸਪੀ ਬਣਾਉਂਦੇ ਪਏ ਹਾਂ, ਜੇ ਤੁਸੀਂ ਘੱਟ ਯੂਜ਼ ਕਰਨਾ ਚਾਹੁੰਦੇ ਹੋ ਤਾਂ ਘੱਟ ਵੀ ਕਰ ਸਕਦੇ ਹੋ। ਪਹਿਲਾਂ ਸੋਚਿਆ ਸੀ ਵੀ ਪਿਆਜ਼ 2 ਲੱਗਣਗੇ ਅਤੇ ਆਪਾਂ ਪਿਆਜ਼ 3 ਪਾਵਾਂਗੇ, ਹੁਣ ਵਿਖਾਉਂਦੇ ਹਾਂ ਆਪਾਂ ਸੁੱਕੇ ਮਸਾਲੇ ਅਤੇ ਇਹ ਹੈਗਾ ਹੈ ਤੇਜ਼ ਪੱਤਾ, ਇਹ ਹੈਗੀ ਜਵਿੱਤਰੀ, 1 ਫੁੱਲ ਜਵਿੱਤਰੀ ਦਾ, ਇਹ ਐਡਾ ਵੱਡਾ ਹੈਗਾ, ਇਹ 2 ਹੈਗੇ ਨੇ ਕਾਲੀਆਂ ਇਲਾਚੀਆਂ ਵੱਡੀਆਂ, ਇਹ 2 ਹੈਗੇ ਨੇ ਚੱਕਰੀ ਫੁੱਲ, ਇਹ 6 ਲੌਂਗ ਨੇ, ਇਹ ਟੇਬਲ ਸਪੂਨ ਛਾ ਜੀਰਾ ਹੈ ਜਿਹੜਾ ਬਲੈਕ ਜੀਰਾ ਹੁੰਦਾ ਹੈਗਾ, ਇਹ 1 ਟੇਬਲ ਸਪੂਨ ਸੁੱਕੀ ਮੇਥੀ ਹੈ, ਇਹ ਹੈਗੀ ਦਾਲਚੀਨੀ ਅਤੇ ਅਸੀਂ ਇੰਨੀ ਪਾਉਣ ਲੱਗੇ ਹਾਂ, ਜੇ ਤੁਸੀਂ ਘੱਟ ਪਾਣੀ ਹੈ ਤਾਂ ਘੱਟ ਵੀ ਪਾ ਸਕਦੇ ਹੋ, ਇਹ ਹੈਗਾ ਧਨੀਆ 1/2 ਬੰਚ ਜਿਹੜਾ ਆਪਾਂ ਕੱਟਣ ਲੱਗੇ ਜਿਹੜਾ ਯੂਜ਼ ਕਰਨਾ ਬਿਰਿਆਨੀ ਵਾਸਤੇ, ਇਹ ਕੱਟਾ ਹੋਇਆ ਧਨੀਆ ਅਤੇ ਬਣ ਜਾਂਦਾ 1 ਕੱਪ, ਇਹ ਹੈਗਾ ਹਰਾ ਪੂਦਨਾ 1/2 ਕੱਪ ਹੋਵੇਗਾ ਕੱਟ ਕਰਕੇ, ਇਹ ਜਿਹੜਾ ਆਪਣਾ 2 ਪੌਂਡ ਮੀਟ ਸੀ ਇਹ ਆਪਾਂ ਹੁਣ ਨਾ ਧੋ ਕੇ ਰੱਖ ਲਿਆ ਅਤੇ ਧੋ ਕੇ ਕੱਟ ਕਰਾਂਗੇ ਅਤੇ ਹੁਣ ਆਪਾਂ ਮੀਟ ਕੱਟ ਕਰ ਲੈਂਦੇ ਹਾਂ। ਆਪਾਂ ਪੈਨ ਨਾ ਪ੍ਰੀ ਹੀਟ 'ਤੇ ਲਾਇਆ ਸੀ 1-2 ਮਿੰਟ ਵਾਸਤੇ ਅਤੇ ਹੁਣ ਇਹ ਔਲਰੇਡੀ ਆਪਣਾ ਪੈਨ ਗਰਮ ਹੋ ਗਿਆ ਅਤੇ ਹੁਣ ਪਾਉਂਦੇ ਹਾਂ ਆਪਾਂ ਇਹਦੇ ਵਿੱਚ ਤੇਲ 2-3 ਚਮਚੇ, ਜੇ ਤੁਸੀਂ ਘੱਟ ਪਾਉਣਾ ਚਾਹੁੰਦੇ ਹੋ ਤਾਂ ਘੱਟ ਵੀ ਪਾ ਸਕਦੇ ਹੋ। ਆਪਾਂ ਸਾਰੇ ਸੁੱਕੇ ਮਸਾਲੇ ਐਡ ਕਰਾਂਗੇ ਅਤੇ ਨਾਲ ਇਹ ਸ਼ਾਹੀ ਜੀਰਾ ਇਹ ਐਡ ਕਰਾਂਗੇ, 2 ਮਿੰਟ ਇਹਨਾਂ ਨੂੰ ਸੋਟ ਅਪ ਕਰਾਂਗੇ,
ਇਹ ਚੋਪ ਕੀਤੀ ਜਿਹੜੀ ਲਸਣ ਹੈ ਥੋੜ੍ਹੀ ਜਿਹੀ ਪਹਿਲਾਂ ਇਹ ਆਪਾਂ ਰੋਸਟ ਕਰਾਂਗੇ। ਥੋੜ੍ਹਾ ਜਿਹਾ ਗੈਸ ਆਪਾਂ ਮੀਡੀਅਮ ਕਰ ਦੇਵਾਂਗੇ। ਹੁਣ ਆਪਾਂ ਹਰੀਆਂ ਮਿਰਚਾਂ ਅਤੇ ਇਹ ਚੋਪ ਕੀਤੀ ਅਦਰਕ ਜਿਹੜੀ ਇਹ ਪਾ ਦਿੱਤੀ ਵਿੱਚ। ਥੋੜ੍ਹਾ ਜਿਹਾ ਬਰੂਨ ਹੋ ਗਿਆ ਅਤੇ ਹੁਣ ਆਪਾਂ ਪਾ ਦਿੰਦੇ ਹਾਂ ਕੱਟਿਆ ਹੋਇਆ ਪਿਆਜ਼ ਜਿਹੜਾ ਹੈ। ਆਪਾਂ ਹੁਣ ਸਾਰਾ ਹਿਲਾ ਕੇ ਚੰਗੀ ਤਰ੍ਹਾਂ ਮਸਾਲਾ ਪਿਆਜ਼ਾਂ ਨੂੰ ਅਤੇ ਕਰਦੇ ਨੇ ਇੱਕ ਸਾਰ ਅਤੇ ਇਹ 2-3 ਮਿੰਟ ਤੱਕ ਫਿਰ ਆਪਾਂ ਦੁਬਾਰਾ ਵੇਖਦੇ ਹਾਂ ਇਹਨੂੰ। ਗੈਸ ਕਰਤੀ ਹਾਈ, ਇਹਨੂੰ 10 ਤੋਂ ਲੈ ਕੇ 15 ਮਿੰਟ ਦੇ ਵਿੱਚ ਵਿੱਚ ਇਹ ਤੜਕਾ ਆਪਣਾ ਕੁੱਕ ਹੋ ਜਾਏਗਾ। ਉਦੋਂ ਬਾਅਦ ਆਪਾਂ ਚਿਕਨ ਪਾ ਦੇਵਾਂਗੇ। ਤਾਂ ਵਿੱਚ ਨਮਕ ਐਡ ਕਰ ਲੈਂਦੇ ਹਾਂ ਅਤੇ ਨਮਕ ਨਾਲ ਤੜਕਾ ਨਾ ਜਲਦੀ ਭੁੱਜ ਜਾਂਦਾ ਵੀ ਪਿਆਜ਼ ਪਾਣੀ ਛੱਡ ਦਿੰਦੇ ਨੇ ਆਪਣੀ ਅਤੇ ਇਹ ਫਿਰ ਛੇਤੀ ਭੁੱਜ ਜਾਂਦੇ ਨੇ। ਅਤੇ ਆਪਾਂ ਚੈੱਕ ਕਰਾਂਗੇ ਵੀ ਨਮਕ ਘੱਟ ਲੱਗਾ ਤਾਂ ਫਿਰ ਐਡ ਵਿੱਚ ਹੋਰ ਕਰਾਂਗੇ। ਹੁਣ ਇੰਨੇ ਬਰੂਨ ਹੋ ਗਏ ਨੇ, ਹੁਣ ਆਪਾਂ ਇਹਨਾਂ ਵਿੱਚ ਨਾ ਟਮਾਟਰ ਕਰ ਦਿੰਦੇ ਨੇ ਐਡ। ਇੰਨੇ ਬਰੂਨ ਕਰੋ ਪਿਆਜ਼, ਜੇ ਤੁਸੀਂ ਅੱਗੇ ਘੱਟ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਹੈ। ਆਪਾਂ ਹੁਣ ਟਮਾਟਰ ਐਡ ਕਰਤੇ ਨੇ ਅਤੇ ਬਸ 1-2 ਮਿੰਟ ਵਾਸਤੇ ਇਹਨਾਂ ਨੂੰ ਭੁੱਜਣ ਦੇਵਾਂਗੇ, ਮਿਕਸ ਹੋ ਜਾਣਗੇ ਅਤੇ ਫਿਰ ਉਦੋਂ ਬਾਅਦ ਆਪਾਂ ਸੁੱਕੇ ਮਸਾਲੇ ਸਾਰੇ ਪਾ ਦੇਵਾਂਗੇ। ਅਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਹਾਂ ਕਵਰ। ਦੇਖੋ ਹੁਣ 2 ਮਿੰਟ ਹੋ ਗਏ ਨੇ ਆਪਣੇ ਅਤੇ ਟਮਾਟਰ ਆਪਣੇ ਖਿੱਚ ਗਏ ਨੇ ਅਤੇ ਹੁਣ ਆਪਾਂ ਇਹਦੇ ਵਿੱਚ ਕਰ ਦਿੰਦੇ ਹਾਂ ਸੁੱਕੇ ਮਸਾਲੇ ਐਡ ਅਤੇ ਨਮਕ ਆਪਾਂ ਅੱਗੇ ਐਡ ਕਰ ਦਿੱਤਾ ਇਹਦੇ ਵਿੱਚ ਪਹਿਲਾਂ। ਇਹ ਹੈਗੀ ਹਲਦੀ, ਇਹ ਹੈਗਾ ਏ ਧਨੀਆ ਪਾਊਡਰ ਪਿਸਾ ਹੋਇਆ, ਇਹ ਹੈਗਾ ਏ ਗਰਮ ਮਸਾਲਾ, ਇਹ ਹੈਗੀ ਏ ਕਸ਼ਮੀਰੀ ਮਿਰਚ ਅਤੇ ਇਹ ਹੈਗੀ ਏ ਸੁੱਕੀ ਮੇਥੀ। ਹੁਣ ਆਪਾਂ ਇਹ ਵੀ ਨਾਲ ਐਡ ਕਰ ਦੇਵਾਂਗੇ। 2 ਟੇਬਲ ਸਪੂਨ ਦਹੀਂ ਹੈਗੀ ਹੈ ਅਤੇ ਆਪਾਂ ਐਡ ਕਰਨੀ ਹੈ ਉਹਦੇ ਵਿੱਚ ਤੜਕੇ 'ਚ। ਹੁਣ ਅਸੀਂ ਪਾਣੀ ਇੰਨਾ ਅੱਧਾ ਪਤੀਲਾ ਰੱਖਿਆ ਉਬਲਣ ਵਾਸਤੇ ਚਾਵਲ ਅਤੇ ਹਾਈ ਹੀਟ 'ਤੇ ਰੱਖਿਆ ਹੈ। ਆਪਾਂ ਇੱਕ 'ਤੇ ਪਾਉਣਗੇ ਤੇਜ਼ ਪੱਤਾ, ਇੱਕ ਹੈ ਵੱਡੀ ਇਲਾਚੀ ਹੈ ਅਤੇ ਇਹ ਅੱਧਾ ਕੁ ਚੱਕਰੀ ਦਾ ਫੁੱਲ ਹੈ ਅਤੇ ਥੋੜ੍ਹੀ ਜਿਹੀ ਸਿਮਰਨ ਸਟਿੱਕ ਹੈਗੀ ਹੈ ਜਿਹੜੀ ਦਾਲਚੀਨੀ ਹੈ ਅਤੇ ਇਹ ਇੱਕ ਹੈਗਾ ਇਹ ਜਵੇਤਰੀ ਦਾ ਫੁੱਲ ਅਤੇ ਇਹ 3 ਹੈਗੇ ਨੇ ਲੌਂਗ ਆਪਣੇ ਅਤੇ ਥੋੜ੍ਹਾ ਜਿਹਾ ਆਪਾਂ ਪਾ ਦਿੰਦੇ ਹਾਂ ਇਹਦੇ ਵਿੱਚ ਧਨੀਆ ਪੱਤਾ। ਵੇਖ ਲਓ ਪਾਣੀ ਆਪਣਾ ਉਬਲਦਾ ਪਿਆ ਅਤੇ ਹੁਣ ਆਪਾਂ ਚਾਵਲ ਐਡ ਕਰ ਦਿੱਤੇ ਨੇ। ਇਹ ਚਾਵਲਾਂ ਨੂੰ ਲੱਗਣਗੇ 10 ਮਿੰਟ, ਆਪਾਂ ਪੂਰੇ ਨਹੀਂ ਰਿਝਾਉਣੇ। 1 ਕਣੀ ਵਿੱਚ ਚਾਵਲਾਂ ਦੇ ਰੱਖਣੀ, 2 ਕਣੀ ਆਪਾਂ ਰਿਝਾਉਣੇ ਨੇ ਅਤੇ 1 ਕਣੀ ਆਪਾਂ ਇਹਨਾਂ ਵਿੱਚ ਰੱਖਣੀ ਹੈ। ਇਹ ਤੜਕਾ ਵੇਖ ਲਓ ਆਪਣਾ ਤੇਲ ਛੱਡ ਗਿਆ, ਤੇਲ ਆਪਣਾ ਹੋ ਗਿਆ ਵੱਖਰਾ ਤੜਕੇ ਤੋਂ ਅਤੇ ਹੁਣ ਆਪਾਂ ਚਿਕਨ ਐਡ ਕਰਨ ਲੱਗੇ ਹਾਂ ਅਤੇ ਇਹ 10-15 ਮਿੰਟ ਕੁੱਕ ਹੋਵੇਗਾ ਅਤੇ ਆਪਾਂ ਵਿੱਚ ਹਿਲਾਉਂਦੇ ਰਹਾਂਗੇ ਇਹਨੂੰ। ਜਿਹੜਾ ਚੁੱਲ੍ਹਾ ਹੈ ਉਹ ਕਰ ਦਿੰਦੇ ਹਾਂ ਆਪਾਂ ਲੋਅ ਹੀਟ 'ਤੇ। ਆਪਾਂ ਨਾ ਥੋੜ੍ਹਾ ਜਿਹਾ ਧਨੀਆ ਐਡ ਕਰ ਦਿੰਦੇ ਹਾਂ ਅਤੇ ਇਹ ਥੋੜ੍ਹਾ ਜਿਹਾ ਪੁਦੀਨਾ ਵੀ ਐਡ ਕਰ ਦਿੰਦੇ ਹਾਂ ਅਤੇ ਥੋੜ੍ਹਾ ਜਿਹੇ ਵਿੱਚ ਆਪਾਂ ਪਾਣੀ ਐਡ ਕਰ ਦਿੰਦੇ ਹਾਂ। ਪਾਣੀ ਐਡ ਕਰਕੇ ਵੀ ਥੋੜ੍ਹਾ ਜਿਹਾ ਆਪਾਂ ਰਿਝਾਵਾਂਗੇ ਇਹਨੂੰ। ਚਿਕਨ ਹੁਣ ਵੇਖ ਲਓ ਆਪਣਾ ਹੋ ਗਿਆ, ਤੇਲ ਉੱਪਰ ਆ ਗਿਆ, ਚਿਕਨ ਤੇਲ ਛੱਡ ਗਿਆ ਅਤੇ ਇਹ ਹੋ ਗਿਆ ਕੁੱਕ ਅਤੇ ਚਿਕਨ ਆਪਾਂ ਕਰ ਦਿੰਦੇ ਹਾਂ ਬੰਦ। ਇਹ ਹੁਣ ਆਪਣੇ ਚਾਵਲ ਦੇਖੋ ਹੋ ਗਏ ਨੇ ਕੁੱਕ, ਇਹ ਥੋੜ੍ਹੇ ਜਿਹੇ ਵਿੱਚੋਂ ਕੱਚੇ ਨੇ
ਤੇ ਇੱਕ ਕਣੀ ਦੇ ਆਪਾਂ ਕੱਚੇ ਰੱਖਣੇ ਨੇ ਉਹਨੇ ਇਹ ਕੱਚੇ ਹੈ ਨੇ ਹੁਣ ਆਪਾਂ ਇਹਨਾਂ ਦਾ ਪਾਣੀ ਡਰੇਨ ਕਰਦੇ ਆਂ ਆਪਾਂ ਇਹ ਰਾਈਸ ਜਿਹੜੇ ਕੀਤੇ ਸੀ ਉਬਾਲੇ ਸੀ ਇਧਰ ਆਪਾਂ ਇੱਕ ਬੋਲ ਵਿੱਚ ਕੱਢਦੇ ਨੇ ਤੇ ਇਧਰ ਇਹ ਆਪਾਂ ਚਿਕਨ ਬੋਲ 'ਚ ਕੱਢਦੇ ਦੋਨਾਂ 'ਚ ਤੇ ਇਹ ਥੋੜਾ ਜਿਹਾ ਆਪਾਂ ਰਸਾ ਵਿੱਚ ਰੱਖ ਲਿਆ ਵੀ ਆਪਾਂ ਉੱਪਰ ਚਾਵਲ ਪਾਣੇ ਨੇ ਤੇ ਜਦੋਂ ਆਪਾਂ ਚੱਕਾਂਗੇ ਲੈ ਥੱਲਿਓ ਤਾਂ ਆਪਾਂ ਨੂੰ ਰਸਾ ਵੀ ਆਏਗਾ ਤੇ ਨਾਲ ਫਲੇਵਰ ਜਿਹੜਾ ਉਹ ਸਾਰਾ ਮਿਕਸ ਹੋਵੇਗਾ ਤੇ ਮੇਰੇ ਹਿਸਾਬ ਨਾਲ ਇਹ ਜਿਹੜੇ ਚਾਵਲ 2.5 ਕੱਪ ਬਣਾਏ ਸੀ ਨਾ ਇਹ 3 ਕੱਪ ਬਣ ਜਾਣੇ ਚਾਹੀਦੇ ਨੇ ਵੀ 2 ਪੌਂਡ ਨੂੰ 3 ਕੱਪ ਲੱਗ ਜਾਣੇ ਚਾਹੀਦੇ ਨੇ ਚਾਵਲ ਤੇ ਚਾਵਲ ਥੋੜੇ ਜਿਹਾ ਛੋਟੇ ਨੇ ਜੇ ਤੁਸੀਂ 2 ਪੌਂਡ ਚਿਕਨ ਬਣਾਉਣਾ ਹੈ ਤੇ 3 ਕੱਪ ਚਾਵਲ ਬਣਾ ਸਕਦੇ ਹੋ ਮੈਜ਼ਰਮੈਂਟ ਵਾਲੇ 3 ਕੱਪ ਇਹ ਰੱਖਿਆ ਸੀ ਹੁਣ ਮੀਡੀਅਮ ਹੀਟ ਤੇ ਥੋੜਾ ਜਿਹਾ ਅਸੀਂ ਵਿੱਚ ਇਹਦੇ ਦੇਸੀ ਘਿਓ ਐਡ ਕਰਾਂਗੇ ਇਹ ਫਰਾਈਡ ਅਨੀਅਨ ਨੇ ਤੇ ਥੋੜੇ ਜਿਹਾ ਆਪਾਂ ਇਹ ਵਿੱਚ ਪਾਵਾਂਗੇ ਇਹ ਹਰਾ ਧਨੀਆ ਤੇ ਪੁਦੀਨੇ ਦੀਆਂ ਪੱਤੀਆਂ ਜਿਹੜੀਆਂ ਨੇ ਇਦਾਂ ਵਿੱਚ ਜਾਣਗੀਆਂ ਥੋੜੀਆਂ ਜੀਆਂ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਚਾਵਲਾਂ ਦੀ ਲਹਿਰ ਹੁਣ ਲਾਵਾਂਗੇ ਆਪਾਂ ਚਿਕਨ ਦੀ ਲਾਇਰ ਆਪਾਂ ਹੁਣ ਦੁਬਾਰਾ ਫਰਾਈਡ ਅਨੀਅਨ ਦਾ ਲੇਅਰ ਲਾਉਣ ਲੱਗੇ ਹਾਂ ਤੇ ਉੱਪਰ ਲਾਵਾਂਗੇ ਹਰੇ ਧਨੀਏ ਤੇ ਪੁਦੀਨੇ ਦਾ ਲਾਇਰ ਇਹ ਥੋੜ੍ਹਾ ਜਿਹਾ ਅਸੀਂ ਨਾ ਰੰਗ ਪਾਉਣ ਲੱਗੇ ਹਾਂ ਅਤੇ ਡੈਕੋਰੇਸ਼ਨ ਵਾਸਤੇ ਜਿੰਨਾ ਤੁਸੀਂ ਪਾਉਣਾ ਪਾ ਸਕਦੇ ਹੋ ਤੁਹਾਡੀ ਮਰਜ਼ੀ ਨਹੀਂ ਪਾਉਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਇਹ ਲੋਅ ਹੀਟ 'ਤੇ ਅਤੇ ਆਪਾਂ ਇਹਨੂੰ 2 ਮਿੰਟ ਤੱਕ ਨਾ ਦਮ ਦੇਵਾਂਗੇ ਲੋਅ ਹੀਟ 'ਤੇ ਇਹ 5 ਤੋਂ ਲੈ ਕੇ 7 ਮਿੰਟ ਤੱਕ ਹੋ ਗਏ ਨੇ ਇਹ ਆਪਣੀ ਬਿਰਿਆਨੀ ਨੂੰ ਦਮ ਆ ਗਏ ਵੇਖ ਸਕਦੇ ਤੁਸੀਂ ਕਿੰਨੀ ਕਲਰਫੁੱਲ ਹੋ ਗਈ ਹੈ ਅਤੇ ਗੈਸ ਕਰ ਦਿੰਦੇ ਆਪਾਂ ਉਹ ਦੇਖੋ ਦੇਖ ਸਕਦੇ ਸਾਰੇ ਚਾਵਲ ਆਪਣੇ ਐਨ ਕੁੱਕ ਹੋ ਗਏ ਨੇ ਜਿੰਨੇ ਆਪਾਂ ਨੂੰ ਚਾਹੀਦੇ ਹੁੰਦੇ ਨੇ ਨਾ ਉਨੇ ਐ ਫਾਈਨਲੀ ਕੁੱਕ ਹੋ ਗਏ ਨੇ ਤੁਹਾਡੀ ਦੇਖ ਲਓ ਬਿਰਿਆਨੀ ਬਣ ਗਈ ਰੈਡੀ ਹੋ ਗਈ ਹੈ ਅਸੀਂ ਨਾਲ ਦਹੀਂ ਰਾਇਤਾ ਬਣਾਇਆ ਦਹੀਂ ਵਿੱਚ ਪਕੌੜੀਆਂ ਪਾਈਆਂ ਨੇ ਅਸੀਂ ਇੱਦਾਂ ਸਿੰਪਲ ਰਾਇਤਾ ਬਣਾਇਆ ਉਹ ਤੁਸੀਂ ਜਿਸ ਤਰ੍ਹਾਂ ਬਣਾਉਣਾ ਬਣਾ ਸਕਦੇ ਹੋ ਤੁਹਾਡੀ ਖੁਸ਼ੀ ਹੈ ਅਤੇ ਸਾਡੇ ਬੱਚੇ ਪਰ ਇੱਦਾਂ ਹੀ ਖਾਂਦੇ ਨੇ ਇਹ ਮੇਰੇ ਬੱਚਿਆਂ ਦੀ ਬਹੁਤ ਫੇਵਰੇਟ ਪੁਰਾਣੀ ਰੈਸਪੀ ਹੈ ਇਹ ਤੁਸੀਂ ਘਰ ਜ਼ਰੂਰ ਬਣਾਇਓ ਜੇ ਇਹਦੇ ਵਿੱਚ ਮੈਨੂੰ ਕਮੈਂਟ ਕਰਕੇ ਲਿਖਿਓ ਜੇ ਨੀਚੇ ਤੁਹਾਨੂੰ ਅੱਜ ਵਾਲੀ ਇਹ ਰੈਸਪੀ ਦੀ ਵੀਡੀਓ ਕਿਵੇਂ ਜੀ ਲੱਗੀ ਹੈ ਜ਼ਰੂਰ ਥੈਂਕ ਯੂ ਫੋਰ ਜਵਾਏ ਦਾ ਵੀਡੀਓ ਅਤੇ ਅਗਲੀ ਰੈਸਪੀ 'ਚ ਫਿਰ ਮਿਲਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਮੇਰੇ ਵੱਲੋਂ ਬਾਏ